ਇਹ ਆਕਾਸ਼ਵਨੀ ਜੰਮੂ ਹੈ ਇਸ ਭੇਲੇ ਦੀਆਂ ਖਬਰਾਂ ਕਰਨੇ ਮੈਂ ਭੂਨਮ ਟੋਗਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਇਸ ਮੇਨੇ ਦੀ 8 ਤਰੀਕ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਰਤੀਆਂ ਕਨੇ ਗੱਲਬਾਤ ਕਰਨਗਨ ਇਸ ਮੌਕੇ ਉਪਰ ਉਹ ਮੌਜੂਦ ਜਨ ਸਮੂਹੀ ਵੀ ਸੰਬੋਧਿਤ ਕਰਨਗਨ ਕੇਂਦਰ ਸਰਕਾਰ ਦੀ ਪ੍ਰਮੁੱਖ ਯੋਜਨਾਆਂ ਦੇ ਬਾਰੇ ਚ ਜਾਗਰੂਕਤਾ ਫੈਲਾਣੇ ਤੇ ਉਹਦਾ ਲਾਹ ਆਮ ਲੋਕੇ ਤੱਕ ਰਪਜਾਣੇ ਲਈ ਦੇਸ਼ ਭਰ ਚ ਇਹ ਯਾਤਰਾ ਆਯੋਜਿਤ ਕੀਤੀ ਚਾਰ ਦਿਆ ਦਾ ਉਦੇਸ਼ ਇਸ ਗੱਲ ਆ ਕਿ ਯਕੀਨੀ ਬਣਾਨਾ ਹੈ ਜੇ ਸਮੇਂ ਬਦ ਟੰਗਾ ਕਰਨੇ ਸਭ ਨੇ ਯੋਜਨਾਆਂ ਦਾ ਲਾ ਲਾਭਾਰਤੀਆਂ ਤੱਕ ਪਹੁੰਚੀ ਸਕੇ ਪੁਲਸ ਮਹਾਨ ਦੇਸ਼ ਕੇ ਤੇ ਪੁਲਸ ਮਹਾਨ ਨਿਰੇਖ ਕੇ ਦਾ ਤਰੰਗ ਰੋਜਾ ਅਕਲਪਾਰਤੀ ਸੰਮੇਲਨ ਅੱਜ ਜੈਪੁਰ ਦੇ ਰਾਜਸਥਾਨ ਅੰਤਰਰਾਸ਼ਟਰੀ ਕੇਂਦਰ ਚ ਸ਼ੁਰੂ ਹੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਸ਼ਨੀਵਾਰ ਤੇ ਐਤਵਾਰੇ ਇਸ ਸੰਮੇਲਨ ਚ ਇਸਹਾ ਲੰਗਨ ਸੰਮੇਲਨ ਚ ਸਾਈਬਰ ਅਪਰਾਧ ਨੀਤੀਆਂ ਚ ਪ੍ਰਦੋਗ ਕੀ ਅਤੰਗਵਾਦ ਵਿਰੋਧੀ ਚੁਣੌਤੀਆਂ ਵੰਪੰਥੀ ਉਗਰਵਾਤ ਤੇ ਜੇਲ੍ਹ ਸੁਧਾਰਸਨ ਦੇ ਮੁੱਦੇ ਉਪਰ تفصیلی چرچا ਕੀਤੀ ਜਾਗ। ਇਹਦੇ ਇਲਾਵਾ ਸੰਮੇਲਨ ਚ ਨਵੇਂ ਅਪਰਾਧਿਕ ਕਾਨੂੰਨਾਂ ਦੀ ਅਮਲ ਆਵਰੀ ਲਈ ਰੋਡ ਮੈਪ ਤਿਆਰ ਕਰਨੇ ਉਪਰ ਵਿਚਾਰ ਵਿਮਰਸ਼ ਤੇ AI ਡੀਪ ਫੇਕ ਜਿਨਈ ਨਵੀਂ ਪ੍ਰਦੋਗਕੀ ਦੇ ਸਮਖਸ਼ ਆਵਰਦੀਆਂ ਚੁਣੌਤੀਆਂ ਤੇ ਸੁਰੱਖਿਆ ਤੇ ਨੀਤੀਆਂ ਦੇ ਬਖ-ਬਖ ਪਹਿਲੂਆਂ ਉਪਰ ਵੀ ਚਰਚਾ ਕੀਤੀ ਜਾਗ। गृह गृहमंत्री अमित शाह राष्ट्रीय सुरक्षा सलाहकार गृह राज्यमंत्री दुए वरिष्ठ अधिकारी भी इस सम्मेलन च हिस्सा लगन चीन की प्रमुख अखबार ग्लोबल टाइम्स के एक लेख च प्रधानमंत्री नरेंद्र मोदी हर नेतृत्व भारत के आर्थिक विकास सुशासन विदेश नीति की सराहना की फुतान विश्वविद्यालय के एशियाई अध्ययन केंद्र के निदेशक प्रोफेसर चांग चियातुंग ਪਿਛਲੇ ਚੌਂ ਬਰੇਚ ਪਰਤ ਦੀ ਉਪਲਬਧੀਆਂ ਦੀ ਚਰਚਾ ਕੀਤੀ ਉਹਨੇ ਗਲਾਇਆ ਜੇ ਭਾਰਤ ਦੀ ਆਰਥਿਕ ਵਿਵ੍ਰਿਧੀ ਤੇਜ਼ ਵਾਰ ਦੀ ਹੈ ਸੁਸ਼ਾਸਨ ਚ ਸੁਧਾਰ ਹੋਇਆ ਹੈ ਤੇ ਅੰਤਰਰਾਸ਼ਟਰੀ ਸਰਬੰਧ ਤੇ ਚੇਚਾ ਕਰੀ ਚੀਨ ਕਨੇ ਭਾਰਤ ਦੇ ਸਰਬੰਧੇ ਚ ਬਦਲਾਅ ਆਇਆ ਹੈ ਲੇਖ ਚ ਭਾਰਤ ਦੀ ਪ੍ਰਸ਼ੰਸਾ ਕਰਦੇ ਹੋਏ ਗਲਾਇਆ ਗਿਆ ਹੈ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਨੇ ਅੰਤਰਰਾਸ਼ਟਰੀ ਵਿਮਰਸ਼ ਕੀ ਭਾਰਤ ਵਿਮਰਸ਼ ਤਬਦੀਲ ਕਰਨੇ ਚ ਅਹਿਮ ਭੂਮਿਕਾ ਨਿਭਾਈ ਹੈ ਪ੍ਰੋਫੈਸਰ ਚਾਂਗ ਹੋਰ ਇੰਗਲੈਂਡ ਦੇ ਰਾਜਨੀਤਿਕ ਤੇ ਸੰਸਕ੍ਰਿਤਿਕ ਤੋਰਾ ਪਰ ਭਾਰਤ ਜਿੱਥੇ ਪਹਿਲੇ ਪੱਛਮੀ ਮੁਲਕਾਂ ਕਰਨੇ ਲੋਕਤਾਂਤਰਿਕ ਆਧਾਰ ਉੱਪਰ ਸਹਿਮਤੀ ਬਣਾਉਣੇ ਉੱਪਰ ਜ਼ੋਰ ਦਿੰਦਾ ਹੈ ਉਹ ਨੋ ਲੋਕਤਾਂਤਰਿਕ ਰਾਜਨੀਤੀ ਚ ਭਾਰਤੀ ਵਿਸ਼ੇਸ਼ਤਾ ਉੱਪਰ ਜ਼ੋਰ ਦਿੰਦਾ ਹੈ ਉਹਨੇ ਗਲਾਇਆ ਜੇ ਜਦੂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਸੱਤਾ ਸੰਭਾਲੀ ਦੀ ਹੈ ਉਹਨੇ ਅਮਰੀਕਾ ਰੂਸ ਤੇ ਜਾਪਾਨ ਜਨੇ ਮੁਲਕੇ ਕਨੇ ਆਪਣੇ ਸਰਬੰਦੇ ਕੀ ਔਰ ਮਜ਼ਬੂਤ ਕੀਤਾ ਹੈ ग्लोबल टाइम्स च प्रकाशित ਇਸ ਲੇਖ ਚ ਪ੍ਰਧਾਨ ਮੰਤਰੀ ਮੋਦੀ ਹੁੰਦੇ નેਤਰਤਵ ਚ ਭਾਰਤ ਦੇ ਬਦਰ ਦੇ વૈશ્વਿਕ ਪ੍ਰਭਾਵ ਬਾਰੇ ਪਤਾ ਚਲਦਾ ਹੈ। ਸ਼ੋਪੀਆ ਜ਼ਿਲ੍ਹੇ ਚ ਅੱਜ ਬੜਲੇ ਮੂਨੇ ਰੇਥਮਾਗੇ ਅਤੰਕੀਏ ਤੇ ਸੁਰੱਖਿਆ ਬਲਾਂ ਬੁਸ਼ਕਾਰ ਟਾਕਰਾ ਪਖਦਾ ਹੈ। ਪੁਲਸੂਤਰੇ ਮੁਜਬ ਦੱਖਣ ਕਸ਼ਮੀਰ ਦੇ ਚੋਟੀਗਾਮ ਇਲਾਕੇ ਚ ਅਤੰਗਵਾਦੀਆਂ ਦੀ ਮੌਜੂਦਗੀ ਦੇ ਬਾਰੇ ਚ ਜਾਣਕਾਰੀ ਉੱਪਰ ਕਾਰਵਾਈ ਕਰਦੀ ਹੋਈ ਸੁਰੱਖਿਆ ਬਲਾਂ ਬੜਲੇ ਨੇ ਰੇ ਕੇ ਰਾਬੰਦੀ ਤੇ ਤਲਾਸ਼ੀ ਅਭਿਆਨ ਸ਼ੁਰੂ ਕਰੀ ਦਿੱਤਾ। ਆਤੰਕਵਾਦੀਆਂ ਆਸਿਆ ਗੋਲਾਬਾਰੀ ਕਰਨ ਮਗਰਾ ਇਹ ਤਲਾਸ਼ੀ ਅਭਿਆਨ ਟਾਗਰੇ ਚ ਦਖਤੀ ਤਬਦੀਲ ਹੋਈ ਗਿਆ ਕਸ਼ਮੀਰ ਕਾ ਟਿਚ ਬੜਗਾਮ ਪੁਲਿਸ ਨੇ ਬੜਗਾਮ ਜ਼ਿਲ੍ਹੇ ਦੇ ਵੀਰਵਾ ਇਲਾਕੇ ਸ਼ਾ ਸੱਤ ਆਤੰਕਵਾਦੀ ਸਹਿਯੋਗੀਆਂ ਦੀ ਗ੍ਰਿਫਤਾਰ ਕਰੀਏ ਇੱਕ ਆਤੰਕੀ ਮੋਡਿਊਲ ਦਾ ਪਾਂਡਾ ਫੋੜਿਆ ਅਧਿਕਾਰਿਕ ਸੂਤਰੇ ਮੁਜਬ ਇਰਾ ਸੱਚ ਲਾਤੇ ਦੇ ਇਹ ਆਤੰਕੀ ਸਹਿਯੋਗੀ ਵੀਰਵਾ ਇਲਾਕੇ ਤੇ ਇਹਦੇ ਨੇੜੇ ਪੜਕਾਉ ਪੋਸਟਰ ਲਾਈਏ ਦੇਸ਼ ਵਿਰੋਧੀ ਪ੍ਰਚਾਰ ਚ ਸ਼ਾਮਲ ਹੈ ਮੋਡਿਊਲ ਦਾ ਨੇਤਰਤਵ ਰੋਮੇਨ رسول ਸ਼ੇਖ ਤੇ ਇਰਫਾਨ ਨਜ਼ੀਰ ਸ਼ੇਖ ਨੇ ਕੀਤਾ ਹ ਇਹਨਾਂ ਦਮੇ ਮੁਕਾਮੀ ਪ੍ਰੇਰਕ ਦੇ ਤੋਰਾ ਪਰ ਕੰਮ ਕਰਦੀ ਹੋਈ ਦੂਏ ਪੰਜੇ ਜਨਗੀ ਸੌਂਪੇ ਗਏਦੇ ਕੰਮੇ ਕੀ ਪੂਰਾ ਕਰਨੇ ਦੇ ਨਿਰਦੇਸ਼ ਵੀ ਦਿੱਤੇ ਪੁਲਸ ਨੇ ਹੁੰਦੇ ਕਬਜ਼ੇ 'ਚ ਇਤਰਾਜਯੋਗ ਸਮਿਆਂਨ ਵੀ ਬ੍ਰਾਮਤ ਕੀਤਾ ਅਗੇਤਰੀ ਕਾਰਵਾਈ ਜਾਰੀ ਹੈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਹੋਰੇ ਨੌਜਵਾਨੇ ਦੀ ਮਜ਼ਬੂਤ ਤੇ ਸਮਰਿੱਧ ਭਾਰਤ ਦੇ ਨਿਰਮਾਣ ਚ ਸਹਿਯੋਗ ਦੇਣੇ ਤੇ 2047 ਤੱਕ ਵਿਕਸਿਤ ਭਾਰਤ ਦੇ ਸੁਖਨੇ ਦੀ ਸੱਚਾ ਕਰਨੇ ਦੇ ਕੰਮਾਂ ਚ ਬਦੀ ਚੜੀਏ ਯੋਗਦਾਨ ਦੇਣੇ ਦੀ ਅਪੀਲ ਕੀਤੀ ਹੈ ਕਲ ਦੀਵ ਦੇ ਮਲਾਲਾ ਆਡੀਟੋਰੀਅਮ ਚ ਨਹਿਰੂ ਯੁਵਾ ਕੇਂਦਰ ਆਸਿਆ ਮੇਰਾ ਭਾਰਤ ਮੇਰਾ ਯੁਵਾ ਭਾਰਤ ਵਿਸ਼ੇ ਉਪਰ ਆਯੋਜਿਤ ਯੁਵਾ ਸੰਵਾਦ ਕਾਰਜਕ੍ਰਮ ਕੀ ਸੰਬੋਧਿਤ ਕਰਦੀ ਹੋਈ ਕੇਂਦਰੀ ਮੰਤਰੀ ਹੋਰੇ ਨੇ ਕਿਹਾ ਜੇ ਸਖਸ਼ਮ ਯੁਵਾ ਇੱਕ ਮਜ਼ਬੂਤ ਭਾਰਤ ਦਾ ਨਿਰਮਾਣ ਕਰ ਸਕਦੇ ਨਾ ਤੇ ਇਹਦੇ ਲਈ ਖੇਡ ਬੜਾ ਮਹੱਤਵਪੂਰਨ ਹੈ ਉਹਨੇ ਅੰਤਰਰਾਸ਼ਟਰੀ ਸਟਾਰ ਉਪਰ ਖੇਡਣ ਦੇ ਖੇਤਰ ਚ ਭਾਰਤੀ ਐਥਲੀਟਾਂ ਦੀ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ ਠਾਕੁਰ ਹੋਰੇ ਖੇਲੋ ਇੰਡੀਆ ਫਿਟ ਇੰਡੀਆ ਤੇ ਨਸ਼ਾ ਮੁਕਤ ਭਾਰਤ ਦਾ ਨਾਰਾ ਦਿੰਦੇ ਹੋਏ ਯੁਵਾਆਂ ਗੀ ਆਗਰਾ ਕੀਤਾ ਜੋ ਖੇਡਣਗੀ ਆਪਣੇ ਜੀਵਨ ਦਾ ਇਸਾ ਬਣਾਣ ਸਵਸਥ ਰਹੋ ਤੇ ਨਸ਼ੇ ਸ਼ਾ ਦੂਰ ਰਹੀਏ ਸਸ਼ਕਤ ਬਣਨ ਤੇ ਇਹਦੇ ਕੰਨੇਗੇ ਇਸ ਬੇਲੇ ਦਾ ਐਬਿਲਟੈਂਸ ਮਹੱਤਵ